ਇੱਥੋਂ ਲੜ ਲਓ ਨਾ, ਐਂ ਇਕੱਠਾ ਕਰਕੇ ਐਂ ਲੜ ਦਿੰਦੇ ਆ। ਇੱਥੋਂ ਜੇ ਤੁਸੀਂ ਲੜ ਲਾਓਗੇ ਤਾਂ ਪੱਗ ਦੀ ਸ਼ੇਪ ਆ ਪਿੱਛੇ ਨੂੰ ਚਲੀ ਜਾਓ, ਫਿਰ ਉਹ ਪੱਗ ਦੀ ਸ਼ੇਪ ਸੋਹਣੀ ਨਹੀਂ ਲੱਗਦੀ ਜੇ ਤੁਸੀਂ ਵਧੀਆ ਸ਼ੇਪ ਚਾਹੁੰਦੇ ਹੋ। ਹਾਂਜੀ ਦੋਸਤੋ, ਜਿਹੜੀ ਅੱਜ ਦੀ ਵੀਡੀਓ ਆ, ਨੋਕ ਬਣਾਉਣ ਦੇ ਵਿੱਚ ਬੜੇ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਹੈ, ਨੋਕ ਤੁਸੀਂ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ। ਅਤੇ ਬਾਕੀ ਵੀਰ ਵੀਡੀਓ ਚਾਹੇ ਨਾ ਵੀ ਦੇਖਣ, ਜਿਨ੍ਹਾਂ ਦੀ ਪੱਗ ਦੀ ਸ਼ੇਪ ਨਹੀਂ ਬਣਦੀ ਸਹੀ ਉਹ ਵੀਡੀਓ ਨੂੰ ਜ਼ਰੂਰ ਦੇਖਣ, ਅਤੇ ਜਿਨ੍ਹਾਂ ਤੋਂ ਨੋਕ ਤੋਂ ਲੜ ਮੋੜਨ 'ਚ ਪ੍ਰੋਬਲਮ ਆ ਉਹ ਜ਼ਰੂਰ ਦੇਖਣੇ ਵੀਡੀਓ ਨੂੰ। ਸਭ ਤੋਂ ਪਹਿਲਾਂ ਲੜ, ਪਹਿਲਾਂ ਲੜ ਲਾਉਣ ਤੋਂ ਬਾਅਦ ਕੀ ਕਰਨਾ, ਪਹਿਲੇ ਲੜ ਦੇ ਵਿੱਚ ਵਾਟ ਆ ਜਿਹੜੇ ਉਹ ਹਲਕੇ ਹਲਕੇ, ਜਦੋਂ ਤੁਸੀਂ ਆ ਥੱਲੇ ਦੋ ਪੱਲੇ ਆਏ ਨਾ ਜਿਹੜੇ ਥੱਲਿਓਂ ਇੰਨੇ ਤੋਂ ਇੱਥੋਂ ਐਂ ਖਿੱਚੋਗੇ, ਇਹਦੇ ਵਿੱਚ ਵੱਟ ਆਪਣੇ ਆਪ ਪੈ ਜਾਂਦੇ ਹੁੰਦੇ। ਪਹਿਲੇ ਦੇ ਵਿੱਚ ਵੱਟ ਪਾ ਲਏ। ਜਿਹੜੇ ਬਿਲਕੁਲ ਵਿਗਨਰ ਵੀਰ ਆ ਨਾ, ਉਹਨਾਂ ਦੇ ਬਾਰੇ ਵੀ ਇਹ ਵੀਡੀਓ ਆ ਗਈ, ਉਹ ਵੀ ਜ਼ਰੂਰ ਦੇਖਣ। ਥੱਲਿਓਂ ਵੱਟ ਪਾਏ, ਉੱਪਰੋਂ ਪਾਲੇ, ਵੱਟ ਬਾਹਲੇ ਜ਼ਿਆਦਾ ਨਹੀਂ ਪਾਉਣੇ ਆਪਾਂ। ਮੇਨ ਜਿਹੜਾ ਆਪਣਾ ਜ਼ਿਆਦਾ ਧਿਆਨ ਆ ਨਾ ਉਹ ਪੱਗ ਦੀ ਸ਼ੇਪ ਬਣਾਉਣ ਦੇ ਵਿੱਚ ਰਹੂਗਾ। ਇਸ ਤੋਂ ਬਾਅਦ ਇੱਧਰੋਂ ਲੜ ਉੱਪਰ ਦੀ ਲਿਆਉਂਦਾ, ਉੱਪਰ ਦੀ ਲਿਆ ਕੇ ਫਿਰ ਇੱਥੋਂ ਪ੍ਰੋਬਲਮ ਆਉਂਦੀ ਹੈ। ਜਾਂ ਤਾਂ ਇੱਥੋਂ ਇੱਕ ਦੋ ਤਿੰਨ ਚਾਰ ਪੰਜ ਐਵੇਂ ਪਿੰਚ ਕੀਤਾ, ਪਿੰਚ ਕਰਕੇ ਇਕੱਠੀ ਕਰਕੇ ਦਸਤਾਰ। ਜਦੋਂ ਥੱਲਿਓਂ ਲੜ ਇਕੱਠਾ ਕਰਦੇ ਉੱਪਰੋਂ ਵੀ ਇਕੱਠਾ ਆਹ ਕੰਟਰੋਲ 'ਚ ਰੱਖਿਆ ਕਰੋ ਕਿ ਵੀ ਜ਼ਿਆਦਾ ਨਾ ਖੁੱਲ੍ਹੇ। ਦੇਖੋ ਤੁਸੀਂ ਵੱਟ ਕਿੰਨੇ ਵਧੀਆ ਪੈ ਗਏ। ਅਤੇ ਇਸ ਤੋਂ ਬਾਅਦ ਅਗਲੇ ਲੜ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਆਪਾਂ ਹੋਰ ਤਰੀਕਾ ਵਰਤਣਾ। ਅਗਲੇ ਲੜ ਦੇ ਵਿੱਚ ਇੱਧਰੋਂ ਉੱਪਰ ਦੀ ਲੜ ਲਿਆ ਕੇ, ਠੀਕ ਹੈ ਜੀ, ਤੁਸੀਂ ਕੀ ਕਰਨਾ ਜੇ ਤੁਹਾਡੇ ਕੋਲ ਇੱਥੇ ਜ਼ਿਆਦਾ ਮੋਟਾ ਕੱਪੜਾ ਆ ਜਾਂਦਾ, ਇੱਕ ਤਾਂ ਹੁੰਦਾ ਇੱਥੋਂ ਐਵੇਂ ਘੁੱਟ ਕੇ ਲੜ ਐਵੇਂ ਲਾਤਾ, ਠੀਕ ਹੈ। ਜੇ ਐਵੇਂ ਨਹੀਂ ਸੈੱਟ ਆ ਰਿਹਾ ਇੱਥੋਂ ਚੱਕ ਲੈਣਾ ਲੜ, ਇੱਥੋਂ ਐਵੇਂ ਪਿੰਚ ਕੀਤਾ, ਫਿਰ ਥੱਲੜ ਲਾ, ਪਿੰਚ ਕੀਤਾ, ਫਿਰ ਅਗਲਾ ਪਿੰਚ ਕੀਤਾ, ਫਿਰ ਅੱਗੇ ਅੱਗੇ ਦੀ ਅੱਗੇ ਐਵੇਂ ਪਿੰਚ ਕਰੀ ਜਾਣਾ, ਠੀਕ ਹੈ ਜੀ। ਐਵੇਂ ਪਿੰਚ ਕਰਕੇ ਸਾਰਾ ਕੱਪੜੇ ਨੂੰ ਇਕੱਠਾ ਕੀਤਾ, ਇਕੱਠਾ ਕਰਕੇ ਹੇਠਾਂ ਵਾਲਾ ਅਤੇ ਉੱਪਰ ਵਾਲਾ ਹਿਲਾ ਕੇ ਜੀ ਲੜ ਸੈਟਿੰਗ ਦੇ ਵਿੱਚ ਲਿਆ ਕੇ, ਦੇਖੋ ਜੀ ਉੱਪਰ ਲਫਾ ਹਲਕਾ ਜਿਹਾ ਸੈੱਟ ਕਰ ਲਾਂ। ਤੁਸੀਂ ਦੇਖ ਸਕਦੇ ਹੋ ਜਿਹੜਾ ਹੁਣ ਮੈਂ ਲੜ ਮੋੜ ਰਿਹਾ, ਆਪਾਂ ਲੜ ਮੋੜਿਆ ਅਤੇ ਥੱਲਿਓਂ ਵੀ ਮੋੜਿਆ ਅਤੇ ਉੱਪਰ ਵਾਲੀ ਸਾਈਡ ਤੋਂ ਵੀ ਮੋੜਿਆ, ਪੱਗ ਦੀ ਸ਼ੇਪ ਵਧੀਆ ਫੇਰ ਹੀ ਬਣੂਗੀ ਜੇ ਉੱਪਰੋਂ ਵੀ ਲੜ ਮੋੜੋਗੇ। ਕਈ ਵੀਰ ਕੀ ਕਰਦੇ ਆ ਤੁਹਾਨੂੰ ਦੱਸਦਾ, ਕਈ ਵੀਰ ਕੀ ਕਰਦੇ ਆ ਇੱਥੋਂ ਲੜ ਲਾਉਣਾ ਐਂ ਇਕੱਠਾ ਕਰਕੇ ਐਂ ਲੜ ਦਿੰਦੇ ਆ। ਇੱਥੋਂ ਜੇ ਤੁਸੀਂ ਲੜ ਲਾਓਗੇ ਤਾਂ ਪੱਗ ਦੀ ਸ਼ੇਪ ਆ ਪਿੱਛੇ ਨੂੰ ਚਲੀ ਜਾਓ, ਫਿਰ ਉਹ ਪੱਗ ਦੀ ਸ਼ੇਪ ਸੋਹਣੀ ਨਹੀਂ ਲੱਗਦੀ ਜੇ ਤੁਸੀਂ ਵਧੀਆ ਸ਼ੇਪ ਚਾਹੁੰਦੇ ਹੋ। ਤਾਂ ਮੰਨ ਲਓ ਐਵੇਂ ਲੜ ਨੂੰ ਇਕੱਠਾ ਕੀਤਾ, ਵੱਟ ਪਾ ਕੇ ਹਲਕੇ ਹਲਕੇ, ਠੀਕ ਹੈ ਜੀ, ਐਵੇਂ ਲੜ ਲਾਤਾ। ਇਸ ਤਰੀਕੇ ਦੇ ਨਾਲ ਲੜ ਲਾ ਕੇ ਤੁਹਾਡਾ ਕੀ ਹੋ ਜਾਊਗਾ ਨਾ, ਪੱਗ ਦੀ ਸ਼ੇਪ ਆ ਜਿਹੜੀ ਵਧੀਆ ਬਣੂਗੀ। ਆਹ ਦੇਖੋ ਹੁਣ ਇਹ ਪੱਗ ਦੀ ਸ਼ੇਪ ਇੱਥੋਂ ਵਧੀਆ ਖੜੀ ਆ, ਨਹੀਂ ਕਿ ਉਹਨਾਂ ਦੀ ਪਿੱਛੇ ਨੂੰ ਚਲੀ ਜਾਂਦੇ, ਪਿੱਛੇ ਨੂੰ ਜਾਣ ਦੇ ਨਾਲ ਜਿਹੜੀ ਸ਼ੇਪ ਆ ਪੱਗ ਦੀ ਖਰਾਬ ਹੋ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਲੜ, ਅਗਲੇ ਲੜ ਦੇ ਵਿੱਚ ਫੇਰ ਆਪਾਂ ਇਸੇ ਤਰੀਕੇ ਦੇ ਨਾਲ ਹੀ ਕਰਨਾ ਲੜ, ਇੱਥੋਂ ਫੜਿਆ। ਜੇ ਤੁਸੀਂ ਐਵੇਂ ਦੇਖੋ, ਆਹ ਦੇਖੋ ਇੱਥੋਂ ਕੀ ਕਰਨਾ, ਅੰਦਰਲੀ ਸਾਈਡ ਹੱਥ ਰੱਖ ਕੇ ਐਵੇਂ ਘੁੱਟਣਾ ਲੜ, ਠੀਕ ਹੈ ਜੀ, ਉੱਪਰੋਂ ਵੀ ਥੱਲਿਓਂ ਵੀ। ਇਸ ਤਰੀਕੇ ਨਾਲ ਵੀ ਲਾ ਸਕਦੇ ਹਾਂ, ਇਹ ਕੋਈ ਬੜਾ ਔਖਾ ਕੰਮ ਨਹੀਂ ਹੈਗਾ। ਇਹ ਹੁਣ ਤੁਸੀਂ ਦੇਖੋਗੇ ਕਿ ਮੈਂ ਜਿੰਨੇ ਵੀ ਲਾੜ ਆ ਦੇਖੋ ਸਿੱਧੇ ਸਿੱਧੇ ਹੀ ਲਾ ਦੇਣੇ ਐਵੇਂ ਸੌਖੇ ਤਰੀਕੇ ਦੇ ਨਾਲ। ਇੱਥੋਂ ਫੇਰ ਐਵੇਂ ਲਓ ਜੀ, ਅਗਰ ਲਾਸਟ ਲਾੜ ਆ ਜਿਹੜਾ ਲਾਸਟ ਲਾੜ ਦੇ ਦੋਵੇਂ ਪੱਲੇ ਅੰਦਰ ਨੂੰ ਮੋੜ ਕੇ ਇਹ ਵੀ ਆਪਾਂ ਉਵੇਂ ਲਾ ਦੇਣਾ ਸਿੱਧੇ। ਦੇਖੋ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਨਾਲ ਸਿੰਪਲ ਅਤੇ ਸਾਦਾ ਤਰੀਕਾ ਦਸਤਾਰ ਦਾ ਬੰਨਿਆ ਜਾ ਚੁੱਕਿਆ। ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਸੇ ਤਰੀਕੇ ਦੇ ਨਾਲ ਜ਼ਰੂਰ ਟਰਾਈ ਕਰੋ, ਜੇਕਰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਬੈਠੇ ਹਾਂ, ਆਪਾਂ ਹੋਰ ਵੀਡੀਓ ਪਾ ਦਾਂਗੇ। ਤਾਂ ਕਿ ਫੋਟੋ ਜ਼ਰੂਰ ਭੇਜ ਦਿਆ ਕਰੋ, ਕਮੈਂਟ ਬਾਕਸ ਦੇ ਵਿੱਚ ਫੋਟੋ ਭੇਜ ਦਿਆ ਕਰੋ, ਉਹਦੇ ਨਾਲ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਵੀ ਕਿੱਦਾਂ ਦੀ ਸ਼ੇਪ ਬੰਦੇ ਦੇ ਆ ਰਹੀ ਹੈ, ਕੀ ਪ੍ਰੋਬਲਮ ਆ ਰਹੀ ਆ। ਸੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਮਿਲਦੇ ਨਵੀਂ ਵੀਡੀਓ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ।